ਆਟੋ ਨੂੰ ਧੱਕਾ ਵੀ ਨਾ ਲੱਗਾ। 15 ਵਾਲੇ ਪੰਪ ਤੋਂ ਆਟੋ ਫੜ ਲਿਆ ਤੇਰੇ ਹੱਥ ਫੜ ਆਟੋ 'ਚ ਬੈਠ ਗਿਆ। ਦਿਲ ਇਹ ਗੱਲ ਸਵੀਕਾਰ ਹੀ ਨਹੀਂ ਕਰ ਰਿਹਾ ਕਿ ਆਪਣੇ ਵਿਛੜਨ ਦੇ ਦਿਨ ਨੇੜੇ ਆ ਰਹੇ ਨੇ। ਮੈਂ ਬੜਾ ਰੋਕਣ ਦੀ ਕੋਸ਼ਿਸ਼ ਕਰਦਾ ਹਾਂ ਕਿ ਤੇਰੇ ਸਾਹਮਣੇ ਰੋਣਾ ਨਹੀਂ। ਸਭ ਹੱਦਾਂ ਸਰਹੱਦਾਂ ਟੱਪ ਆਟੋ 'ਚ ਬੈਠਦਿਆਂ ਹੀ ਮੇਰੀ ਭੁੱਬ ਨਿਕਲ ਗਈ। ਮੈਂ ਟਰਾਂਸਪੋਰਟ ਚੌਂਕ ਉਤਰਨਾ ਸੀ, ਤੂੰ ਅੱਗੇ ਪੰਚਕੂਲੇ ਨੂੰ ਜਾਣਾ ਸੀ। ਟਰਾਂਸਪੋਰਟ ਚੌਂਕ ਉੱਤਰ ਮੈਂ ਟ੍ਰਿਬਿਊਨ ਚੌਂਕ 'ਤੇ ਆਟੋ ਲੈਣਾ ਸੀ। ਟ੍ਰਿਬਿਊਨ ਚੌਂਕ ਤੋਂ ਪਟਿਆਲੇ ਦੀ ਬੱਸ ਤੇਰੇ ਹੱਥ ਫੜ ਬੈਠਾ ਆਪਣੇ ਮਨ ਨੂੰ ਕਹਿ ਰਿਹਾ ਸਾਂ ਇਹ ਆਟੋ ਟਰਾਂਸਪੋਰਟ ਚੌਂਕ ਕਦੇ ਪਹੁੰਚੇ ਹੀ ਨਾ। ਮੱਧਿਆ ਮਾਰਗ ਤੋਂ ਉੱਤਰ ਮੈਂ ਜਾਵੇ ਇਸ਼ਕ ਦੇ ਰਾਹ, ਇਸ਼ਕ ਦੇ ਉਹ ਰਾਹ ਇਸ ਦੇ ਪਿਛੋੜੇ ਵਾਲਾ ਕੋਈ ਮੋੜ ਹੀ ਨਾ ਹੋਵੇ। ਮੈਨੂੰ ਰੋਂਦੇ ਨੂੰ ਤਾਂ ਇੱਦਾਂ ਚੁੱਪ ਕਰਾ ਰਹੀ ਸੈਂ ਜਿੱਦਾਂ ਮਾਂ ਆਪਦੇ ਰੋਂਦੇ ਪੁੱਤ ਨੂੰ ਪੁਚਕਾ ਰਹੀ ਹੋਵੇ। ਤੂੰ ਅਕਸਰ ਕਹਿੰਦੀ ਤਾਂ ਹੁੰਦੀ ਸੀ ਲਾਡੀ ਤੈਨੂੰ ਮੈਂ ਪੁੱਤਾਂ ਵਾਂਗ ਪਾਲਿਆ, ਬੱਚਾ ਭਾਵੇਂ ਕਿੰਨਾ ਵੱਡਾ ਹੋ ਜਾਵੇ ਪਰ ਉਹਨੂੰ ਮਾਂ ਦੀ ਲੋੜ ਹਮੇਸ਼ਾ ਰਹਿੰਦੀ ਆ। ਫਿਰ ਮੈਂ ਤੇਰਾ ਦੂਰ ਜਾਣਾ ਕਿਵੇਂ ਸਹਾਰ ਸਕਦਾ ਹਾਂ। ਤੇਰੇ ਸਾਹਮਣੇ ਰੋ ਕੇ ਤੇਰਾ ਫਿਕਰ ਵਧਾਉਣ ਵਾਲੀ ਗੱਲ ਹੋ ਗਈ ਸੀ ਪਰ ਫਿਰ ਵੀ ਕਹਿ ਰਿਹਾ ਸਾ ਮੇਰਾ ਫਿਕਰ ਨਾ ਕਰੀ। ਪਰ ਕੀ ਕਰਦਾ ਨਹੀਂ ਰਿਹਾ ਗਿਆ, ਸੋਚਿਆ ਇਹੀ ਸੀ ਤੇਰੇ ਸਾਹਮਣੇ ਨਹੀਂ ਰੋਣਾ। ਮੈਂ ਨਹੀਂ ਚਾਹੁੰਦਾ ਸਾਂ ਵਿਆਹ ਦੀ ਤਿਆਰੀ ਕਰਦੀ ਤੂੰ ਮੇਰਾ ਫਿਕਰ ਨਾਲ ਚੁੱਕੀ ਫਿਰੇ। ਤੇਰਾ ਹੱਥ ਚੁੰਮ ਰਿਹਾ ਸਾਂ, ਮੇਰੀ ਅੱਖ 'ਚੋਂ ਨਿਕਲ ਇੱਕ ਹੰਝੂ ਤੇਰੇ ਹੱਥ 'ਤੇ ਆਉਣ ਪਿਆ। ਮੈਂ ਹੱਥ ਚੁੰਮ ਹਟਿਆ ਅਤੇ ਮੇਰੇ ਹੰਝੂ ਨੂੰ ਤੂੰ ਚੁੰਮ ਲਿਆ। ਆਪਣੇ ਹੱਥ 'ਤੇ ਹੰਝੂ ਚੁੰਮਦੀ ਇੰਝ ਲੱਗ ਰਹੀ ਸੈਂ ਜਿਵੇਂ ਮੇਰੇ ਸਾਰੇ ਹੰਝੂ ਪੀ ਜਾਣਾ ਚਾਹੁੰਦੀ ਹੋਵੇਂ। ਟਰਾਂਸਪੋਰਟ ਚੌਂਕ ਆ ਗਿਆ, ਆਪਣਾ ਖਿਆਲ ਰੱਖੀ, ਰੋਇਆ ਨਾ ਕਰ, ਧਿਆਨ ਨਾਲ ਜਾਈ, ਮੈਂ ਘਰ ਪਹੁੰਚ ਫੋਨ ਕਰਦੀ ਹਾਂ। ਇਹ ਬੋਲ ਸਨ ਤੇਰੇ, ਮੈਨੂੰ ਵਿਦਾ ਕਰਕੇ ਵੇਲੇ ਮੈਨੂੰ ਵਿਦਾ ਕਰਨ ਵੇਲੇ ਵੱਡਾ ਸਾਰਾ ਜੇਰਾ ਕਰ, ਮੇਰਾ ਫਿਕਰ ਨਾ ਕਰੀ। ਤੈਨੂੰ ਇਹ ਗੱਲ ਕਹਿ ਮੈਂ ਆਟੋ 'ਚ ਉੱਤਰ ਗਿਆ। ਆਟੋ ਚੱਲ ਪਿਆ, ਤੂੰ ਪਿੱਛੇ ਮੁੜ ਕੇ ਦੇਖ ਰਹੀ ਸੈਂ। ਮੇਰੇ ਤੋਂ ਆਪ ਮੁਹਾਰੇ ਫਲਾਇੰਗ ਕਿਸ ਹੋ ਗਈ, ਮੇਰੀ ਜ਼ਿੰਦਗੀ ਦੀ ਇਹ ਪਹਿਲੀ ਫਲਾਇੰਗ ਕਿਸ ਸੀ। ਹਨੇਰਾ ਉੱਤਰ ਆਇਆ, ਟ੍ਰਿਬਿਊਨ ਜਾਣ ਵਾਲਾ ਆਟੋ ਖੜ੍ਹਾ ਹੈ। ਆਟੋ ਵਾਲਾ ਕਹਿੰਦਾ ਬੈਠੋ ਪਰ ਉਹ ਕਿਸੇ ਹੋਰ ਆਟੋ ਵਾਲੇ ਸਾਥੀ ਨੂੰ ਰੋਕਣ ਦੀ ਤਾਂਘ ਸੀ। ਪੁੱਛਣ ਤੋਂ ਪਤਾ ਲੱਗਾ ਕਿ ਆਟੋ ਨੂੰ ਧੱਕਾ ਲਾਉਣਾ ਪੈਣਾ, ਸਟਾਰਟ ਨਹੀਂ ਹੋ ਰਿਹਾ, ਕੋਈ ਹੋਰ ਸਵਾਰੀ ਵੀ ਨਹੀਂ। ਮੈਂ ਕਿਹਾ ਤੂੰ ਵਿੱਚ ਬੈਠ, ਮੈਂ ਧੱਕਾ ਲਾਉਂਦਾ ਹਾਂ। ਮੈਂ ਧੱਕਾ ਲਾਇਆ ਪਰ ਆਟੋ ਸਟਾਰਟ ਨਾ ਹੋਇਆ। ਸਟਾਰਟ ਤਾਂ ਹੋ ਜਾਂਦਾ ਪਰ ਮੇਰੀ ਰੋਂਦੀ ਕਰਲਾਉਂਦੇ ਤੋਂ ਧੱਕਾ ਨਹੀਂ ਲੱਗ ਰਿਹਾ ਸੀ। ਫਿਰ ਆਟੋ ਵਾਲਾ ਕਹਿੰਦਾ ਮੈਂ ਧੱਕਾ ਲਾਉਂਦਾ, ਤੁਸੀਂ ਦੇਖੋ ਸਟਾਰਟ ਕਰਕੇ। ਉਹਨੇ ਧੱਕਾ ਲਾਇਆ, ਮੈਂ ਤੀਜਾ ਗੇਅਰ ਪਾ ਕਲੱਚ ਛੱਡ ਰੇਸ ਕਰਤੀ, ਆਟੋ ਸਟਾਰਟ ਹੋ ਗਿਆ। ਆਟੋ ਟ੍ਰਿਬਿਊਨ ਚੌਂਕ ਨੂੰ ਚੱਲ ਪਿਆ। ਸਾਰੀ ਸੜਕ ਸੁੰਨੀ ਲੱਗ ਰਹੀ ਆ, ਭਾਵੇਂ ਬਹੁਤ ਆਵਾਜ਼ ਆਈ ਸੀ ਪਰ ਮੇਰਾ ਚੰਡੀਗੜ੍ਹ ਤਾਂ ਤੇਰੇ ਨਾਲ ਵੱਸਦਾ। ਇਹਨਾਂ ਪੰਛੀਆਂ ਨੂੰ ਕਿਵੇਂ ਪਤਾ ਲੱਗਿਆ ਮੇਰੇ ਦੁੱਖ ਦਾ? ਸੜਕ ਦੇ ਆਸੇ ਪਾਸੇ ਲੱਗੇ ਅੰਬਾਂ ਦੇ ਬਾਗ 'ਚ ਇਹ ਬਿਰਲਾਪ ਕਰ ਰਹੇ ਨੇ। ਦਿਲ ਕਰਦਾ ਆਟੋ 'ਚ ਉੱਤਰ ਪੰਛੀਆਂ ਕੋਲ ਜਾ ਬੈਠਾਂ। ਮੇਰਾ ਦਿਲ ਕਰਦਾ ਪਟਿਆਲੇ ਹੋਸਟਲ ਨੂੰ ਜਾਵਾਂ, ਪੰਛੀ ਉਡਾਰੀ ਭਰਾ ਅਤੇ ਪਿੰਡ ਮਾਂ ਦੀ ਬੁੱਕਲ 'ਚ ਜਾ ਵੜਾਂ। ਮੈਨੂੰ ਪਤਾ ਜਿਹੜਾ ਮਰਜ਼ੀ ਇਲਾਜ ਕਰ ਲਵਾਂ, ਤੇਰੇ ਵਿਛੋੜੇ ਵਾਲੇ ਦੁੱਖ ਦੀ ਦਵਾਈ ਮਾਂ ਦੀ ਬੁੱਕਲ ਹੀ ਆ। ਘੰਟਾ ਟ੍ਰਿਬਿਊਨ ਚੌਂਕ ਬੈਠਾ ਰਿਹਾ, ਤੇਰਾ ਫੋਨ ਆਇਆ। ਤੈਨੂੰ ਸੀ ਮੈਂ ਪਟਿਆਲੇ ਪਹੁੰਚਣ ਵਾਲਾ ਹੋਵਾਂਗਾ, ਮੈਂ ਦੱਸਿਆ ਕਿ ਅਜੇ ਇੱਥੇ ਹੀ ਬੈਠਾ। ਤੂੰ ਫਿਰ ਗੁੱਸੇ 'ਚ ਪਿਆਰ 'ਚ ਬੋਲੀ, ਇਹ ਕੋਈ ਗੱਲ ਹੋਈ? ਫਿਰ ਹਨੇਰਾ ਹੋ ਗਿਆ, ਅੱਜ ਇੱਥੇ ਬੈਠਾ ਏ, ਹੁਣ ਪਹੁੰਚੇਗਾ ਕਿਨੂੰ? ਜਲਦੀ ਬੱਸ ਚੜ੍ਹ। ਯੂਨੀਵਰਸਿਟੀ ਅੱਗੇ ਬੱਸ ਤੋਂ ਉਤਰਿਆ, ਸੁਰਿੰਦਰ ਮੇਰੀ ਉਡੀਕ ਵਿੱਚ ਖੜ੍ਹਾ ਸੀ। ਤੂੰ ਸੁਰਿੰਦਰ ਨੂੰ ਫੋਨ ਕਰ ਦਿੱਤਾ ਸੀ, ਮੇਰਾ ਖਿਆਲ ਰੱਖੀ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਉਹ ਟਾਈਮ 'ਚ ਸੁਰਿੰਦਰ ਦੀ ਗੱਲ ਅਲੱਗ ਬਹੁਤ ਰੋਂਦਾ ਹੁੰਦਾ ਸਾਂ, ਸੁਰਿੰਦਰ ਨੂੰ ਬਹੁਤ ਖਿਆਲ ਰੱਖਣਾ। ਦਿਲ ਤਾਂ ਭਾਵੇਂ ਕਰਦਾ ਸੀ ਪਿੰਡ ਬਾਗ ਕੋਲ ਜਾਣ ਨੂੰ, ਪਟਿਆਲੇ 'ਚੋਂ ਸਰਦੂਲਗੜ੍ਹ ਕਿਹੜਾ ਨੇੜੇ ਆ। ਉਸ ਰਾਤ ਸੁਰਿੰਦਰ ਦੇ ਝੋਲੀ 'ਚ ਪਿਆ ਅਤੇ ਰਾਤ ਤੱਕ ਰੋਂਦਾ ਰਿਹਾ ਅਤੇ ਉਹਦੀਆਂ ਗੱਲਾਂ ਕਰਦਾ ਰਿਹਾ। ਰੋਂਦੇ ਗੱਲਾਂ ਕਰਦੇ ਦੀ ਅੱਖ ਲੱਗ ਗਈ। ਤੇਰਾ ਫੋਨ ਆਇਆ, ਲਾਡੀ ਕਿੱਥੇ ਆ? ਮੈਂ ਕਿਹਾ ਲਾਇਬ੍ਰੇਰੀ ਆ। ਲਾਡੀ ਬਾਹਰ ਆ ਜਾ, ਲਾਇਬ੍ਰੇਰੀ ਸਾਹਮਣੇ ਖੜ੍ਹੀ ਆ। ਮੈਂ ਭੱਜ ਕੇ ਲਾਇਬ੍ਰੇਰੀ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹਾਂ, ਮੈਨੂੰ ਬਾਹਰ ਨਿਕਲਣ ਵਾਲਾ ਦਰਵਾਜ਼ਾ ਨਹੀਂ ਲੱਭਦਾ। ਤੂੰ ਗੁੱਸੇ 'ਚ ਫੋਨ ਕਰਦੀ ਹੈ, ਨਹੀਂ ਆਉਣਾ ਬਾਹਰ, ਮੈਂ ਚੱਲੀ ਹਾਂ।
मैं तैनू दसना चाह रहा कि दरवाजा नहीं लभ रहा। मैं बोलने की कोशिश करता हाँ पर गल चो आवाज़ नहीं निकलती। घबरा के मैं पड़वाहे उठता हाँ। सुरेंद्र भी जाग जाता, कहता की होया? मेरे भरे हुए गले विचों दर्द भरिया बोल निकलता। वह आई सी सुरेंद्र, कहता गई गई ही कदों आ? यह गल कह सुरेंद्र गुणगुणा दे, यह गल कह असी सुरेंद्र गुणगुणा दे। उन्हें खुद ही खुदा सोने जो इश्क च भुल जाते कदों हुंदा ना जुदा सोने। सवेर हुई सुरेंद्र मैस च चाह लै आया, असी फिर उदियां गल्लां करन लग पे। चिट्टा सिद्धू 2:25।